ਦੋਸ਼ੀ ਸੀਗੇ। ਹਾਂਜੀ, ਤਿੰਨ ਸਨੈਚਰ ਫੜੇ ਨੇ ਅਸੀਂ ਤੇ ਇਹਨਾਂ ਦੇ ਉੱਤੇ ਪਹਿਲਾਂ ਵੀ ਮੁਕਦਮੇ ਦਰਜ ਨੇ ਤੇ ਇਹਨਾਂ ਵਿੱਚੋਂ ਇੱਕ ਦੋਸ਼ੀ ਹੈ ਜਿਹੜਾ ਮਨਜੀਤ ਸਿੰਘ, ਉਹ ਤਿੰਨ ਮੁਕਦਮਿਆਂ ਵਿੱਚ ਪੀ ਹੋਇਆ ਡਿਫਰੈਂਟ ਪੁਲਿਸ ਸਟੇਸ਼ਨਸ ਦੇ ਵਿੱਚ। ਕਿੰਨੇ ਕੁ ਮੋਬਾਈਲ ਫੜੇ ਨੇ ਰਿਕਵਰੀ ਕੀਤੇ? 10 ਮੋਬਾਈਲ ਰਿਕਵਰ ਕੀਤੇ। ਉਹ ਦੋਸ਼ੀ ਕਿੰਨੇ ਨੇ? ਦੋਸ਼ੀ ਤਿੰਨ ਨੇ। ਕੋਈ ਸੂਚਨਾ ਮਿਲੀ ਸੀ ਕਿ ਇਹ ਰਾਮ ਗਿਰੀਸ਼ ਨੇ ਆ ਕੇ ਕੰਪਲੇਂਟ ਕੀਤੀ ਸੀ ਕਿ ਕੈਲਾਸ਼ ਨਗਰ ਉੱਤੋਂ ਉਹਦਾ ਮੋਬਾਈਲ ਖੋ ਕੀਤਾ 3-8 ਦੀ ਸ਼ਾਮ ਨੂੰ ਤੇ ਉਹਨਾਂ ਨੇ 5th ਅਗਸਤ ਨੂੰ ਆ ਕੇ ਸਾਨੂੰ ਇਨਫੋਰਮ ਕੀਤਾ, ਜਿਹਦੇ ਤੇ FIR ਰਜਿਸਟਰ ਕਰਕੇ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਸੀ। ਤਾਂ ਐਸਆਈ ਸੁਰਿੰਦਰਪਾਲ ਪਾਰਟੀ ਦੇ ਨਾਲ ਰਾਹੋਂ ਰੋਡ ਤੇ ਕਰ ਰਹੇ ਸੀ, ਤਫਤੀਸ਼ ਕਰ ਰਹੇ ਸੀ ਦੌਰਾਨੇ ਤਫਤੀਸ਼ ਦੌਰਾਨੇ ਨਾਕਾਬੰਦੀ ਪੈਟਰੋਲਿੰਗ ਤੇ ਆਹ ਦੋ ਦੋਸ਼ੀਆਂ ਨੂੰ ਮੁਦਈ ਦੀ ਉਹਦੇ ਦੇ ਉੱਤੇ ਰਾਊਂਡ ਅਪ ਕੀਤਾ ਗਿਆ, ਮੁਦਈ ਦੀ ਪਹਿਚਾਣ ਦੇ ਉੱਤੇ ਕਿ ਇਹ ਲੱਗਦੇ ਨੇ। ਤੇ ਜਦੋਂ ਉਹਨਾਂ ਦੀ ਤਲਾਸ਼ੀ ਲਈ ਤਾਂ ਉਹਨਾਂ ਕੋਲੋਂ ਚੋਰੀ ਦੇ ਮੋਬਾਈਲ ਜਿਹਨਾਂ ਬਾਰੇ ਉਹ ਕੁਛ ਦੱਸ ਨਹੀਂ ਸਕੇ ਉਹ ਬਰਾਮਦ ਹੋਏ ਤੇ ਉਹਨਾਂ ਦੇ ਜਦੋਂ ਉਹਨਾਂ ਤੋਂ ਅੱਗੇ ਪੁੱਛਗਿੱਛ ਕੀਤੀ ਉਹਨਾਂ ਦੀ ਕਨਫੈਸ਼ਨ ਸਟੇਟਮੈਂਟ ਤੋਂ ਬਾਅਦ ਇੱਕ ਹੋਰ ਦੋਸ਼ੀ ਨੂੰ ਰਾਊਂਡ ਅਪ ਕੀਤਾ ਗਿਆ ਜਿਹਨਾਂ ਕੋਲੋਂ ਚੋਰੀ ਦੇ ਹੋਰ 3 ਮੋਬਾਈਲ ਬਰਾਮਦ ਹੋਏ। ਤਾਂ ਟੋਟਲ 10 ਮੋਬਾਈਲ ਬਰਾਮਦ ਹੋਏ ਤੇ ਉਹਨਾਂ ਕੋਲ ਇੱਕ ਦਾ ਬਰਾਮਦ ਹੋਇਆ ਜਿਹਨਾਂ ਲਈ ਲੋਕਾਂ ਨੂੰ ਰਾਤ ਧਮਕਾ ਕੇ ਲੁੱਟਾ ਖੋਹ ਕਰਦੇ ਸੀ। ਹਾਂਜੀ ਹਾਂਜੀ, ਪਹਿਲਾਂ ਵੀ ਹੈਗੇ ਡਿਫਰੈਂਟ ਪੁਲਿਸ ਸਟੇਸ਼ਨ ਦੇ ਵਿੱਚ ਇਹਨਾਂ ਨੇ ਪੁੱਛ ਕੇ ਟਰਾਂਸਪੋਰਟ ਨਗਰ, ਬਹਾਦਰ ਕੇ ਰੋਡ, ਰਾਹੋਂ ਰੋਡ ਦੇ ਉੱਤੇ ਕਾਫੀ ਵਾਰਦਾਤਾਂ ਇਹਨਾਂ ਨੇ ਮੰਨੀਆਂ। ਮੈਨੂੰ ਕੀ ਕਾਰਵਾਈ ਕਰ ਰਹੇ ਵੀ ਇਹਨਾਂ ਦੇ ਉੱਤੇ? ਜੀ, ਇਹਨਾਂ ਨੇ FIR ਰਜਿਸਟਰ ਕੀਤੀ ਹੈ ਅੰਡਰ ਰੈਲੇਵੈਂਟ ਸੈਕਸ਼ਨ ਐਂਡ ਇਹਨਾਂ ਦਾ ਅੱਜ ਪੁਲਿਸ ਰਿਮਾਂਡ ਲਿਆ ਸੀਗਾ, ਉਹ ਅੱਜ ਖਤਮ ਹੋਇਆ ਤੇ ਇਹਨਾਂ ਨੂੰ ਜੁਡੀਸ਼ੀਅਲ ਛੱਡਣਗੇ।